पैली पुली करवाई सी ना जी वे केंद्र पैली पुठी करवा तो वह कहें भी मेरे पैली पी है भजदी है किधरे तो करैक्टर से जसक करते जी कुड़ी मार के ड्रामा रचा गया जी तो फाया लाया ने उन्होंने जी मार के लाया जी फाया जी ਅਸੀਂ ਪ੍ਰਾਹੁਣੇ ਨੂੰ ਕਿਹਾ ਵੀ ਤੁਸੀਂ ਛੱਡ ਜਾਓ ਆ ਕੇ ਇਹਨਾਂ ਨੂੰ ਇੱਕ ਵਾਰੀ ਦੋ ਦਿਨ ਛੱਡ ਜਾਓ ਫਿਰ ਠੰਡੀ ਮਿੱਠੀ ਹੋ ਜੂਗੀ ਚਲੋ ਤੁਸੀਂ ਲੈ ਜਾ ਜੇ ਫਿਰ ਉਹ ਤੋਂ 15-20 ਮਿੰਟ ਬਾਅਦ ਦੁਬਾਰੇ ਫੋਨ ਆ ਜਾਂਦਾ ਪ੍ਰਾਹੁਣੇ ਦਾ ਵੀ ਉਹਨੇ ਤਾਂ ਫਾਂਸੀ ਲੈ ਲਈ ਬੋਹਰ ਸਬ ਡਿਵੀਜ਼ਨ ਦੇ ਪਿੰਡ ਬਹਾਦਰ ਖੇੜਾ 'ਚ ਬੀਤੀ ਰਾਤ ਪਤੀ ਅਤੇ ਸੱਸ ਦੇ ਤੰਗ ਪਰੇਸ਼ਾਨ ਹੋਣ ਤੋਂ ਇੱਕ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾ ਦੇ ਮਾਮੇ ਨੇ ਖਾਸਾ ਜ਼ਾਹਿਰ ਕੀਤਾ ਕਿ ਉਸਦਾ ਕਤਲ ਕੀਤਾ ਗਿਆ ਅਤੇ ਉਸਦੇ ਸਹੁਰਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮ੍ਰਿਤਕਾ ਨੀਤੂ ਦੀ ਸੱਸ ਸਵਿਤਰੀ ਦੇਵੀ ਅਤੇ ਪਤੀ ਪ੍ਰਦੀਪ ਕੁਮਾਰ ਖਿਲਾਫ਼ ਧਾਰਾ 306 ਦੇ ਤਹਿਤ ਕੇਸ ਦਰਜ ਕਰਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸਹੁਰੇ ਪਰਿਵਾਰ 'ਤੇ ਕਤਲ ਦਾ ਦੋਸ਼ ਲਗਾਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਨੀਤੂ ਵਜੋਂ ਹੋਈ ਹੈ। ਉਸਦੇ ਚਚੇਰੇ ਭਰਾ ਵਿੱਕੀ ਅਤੇ ਰਵਿੰਦਰ ਨੇ ਦੱਸਿਆ ਕਿ ਉਸਦਾ ਵਿਆਹ 6 ਸਾਲ ਪਹਿਲਾਂ ਪ੍ਰਦੀਪ ਕੁਮਾਰ ਵਾਸੀ ਟਾਣੀ ਬਹਾਦਰ ਖੇੜਾ ਨਾਲ ਹੋਇਆ ਸੀ। ਉਹਨਾਂ ਦੀ ਇੱਕ 5 ਸਾਲ ਦੀ ਬੇਟੀ ਜੀਵਕਾ ਵੀ ਹੈ। ਉਸਦਾ ਜੀਜਾ ਪ੍ਰਦੀਪ ਕੁਮਾਰ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਨੀਤੂ ਨਾਲ ਲੜਦਾ ਰਹਿੰਦਾ ਸੀ। ਉਸਦੀ ਸੱਸ ਵੀ ਉਸੇ ਦਾ ਸਾਥ ਦਿੰਦੀ ਸੀ। ਐਤਵਾਰ ਸ਼ਾਮ ਨੂੰ ਉਹਨਾਂ ਨੂੰ ਸੂਚਨਾ ਮਿਲੀ ਕਿ ਨੀਤੂ ਨੇ ਘਰ 'ਚ ਫਾਹਾ ਲੈ ਲਿਆ। ਜਦੋਂ ਮੌਕੇ 'ਤੇ ਪਹੁੰਚੇ ਤਾਂ ਉਹ ਮ੍ਰਿਤਕ ਹਾਲਤ ਵਿੱਚ ਪਈ ਸੀ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਸੀ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਉਸਦੇ ਪਤੀ ਅਤੇ ਸੱਸ 'ਤੇ ਕਤਲ ਦਾ ਦੋਸ਼ ਲਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੁਨੀਲ ਕੁਮਾਰ ਕਿੱਥੇ ਰਹਿੰਦੇ ਹੋ ਜੀ? ਟਾਪਾ ਕੁਕਰੀਆਂ। ਕੀ ਗੱਲ ਕੀ ਹੋਈ ਜੀ? ਬਸ ਕੁੱਟਮਾਰ ਕਰਦੇ ਸੀ ਜੀ ਕੁੜੀ ਨਾਲ। ਕੀ ਨਾਮ ਕੀ ਹੈ ਲੇਡੀਜ਼ ਦਾ ਜੀ? ਲੇਡੀਜ਼ ਦਾ ਨੀਤੂ। ਤੁਹਾਡੇ ਕੀ ਲੱਗਦੇ ਆ? ਸਿਸਟਰ ਹੈ। ਕੀ ਸਾਰੀ ਕਹਾਣੀ ਦੱਸੋ, ਕੀ ਹੋਇਆ, ਕਿਸ ਗੱਲ ਨੂੰ ਲੈ ਕੇ? ਆਹ ਗੱਲ ਲਗਭਗ ਹੋ ਗਈ, ਵਾਹਵਾ ਚਿਰ ਦੀ ਗੱਲ ਹੋ ਗਈ। ਪਹਿਲਾਂ ਵੀ ਅੱਗੇ 2-3 ਵਾਰ ਕੁੱਟਮਾਰ ਕੀਤੀ ਸੀ, ਸਾਨੂੰ ਸੱਦਿਆ ਸੀ, ਅਸੀਂ ਗਏ ਸੀ। ਅੱਛਾ। ਸਾਡੇ ਸਾਹਮਣੇ ਕੁੱਟਮਾਰ ਕਰਨ ਲੱਗ ਗਏ ਸੀ ਉੱਥੇ। ਅੱਛਾ। ਅਸੀਂ ਸਮਝਾਵ ਜਾ ਕੇ ਆ ਗਏ ਸੀ ਵੀ ਚਲੋ, ਕੁੜੀ ਨੂੰ ਵੀ ਸਮਝਾਇਆ ਸੀ ਅਸੀਂ ਵੀ ਤੂੰ ਨਾ ਬੋਲਿਆ ਕਰ ਸਾਹਮਣੇ, ਕਿਵੇਂ ਵੀ ਹੈ। ਫਿਰ ਆ ਗਏ ਸੀ, ਕੱਲ੍ਹ ਫੋਨ ਆਇਆ ਸਾਡੇ ਕੋਲ ਕੁੜੀ ਦਾ ਵੀ ਤੁਸੀਂ ਆਓ ਜਾਂ ਫਿਰ ਮੈਨੂੰ ਲੈ ਜਾਓ। ਫਿਰ ਅਸੀਂ ਪ੍ਰਾਹੁਣੇ ਨੂੰ ਕਿਹਾ ਵੀ ਤੁਸੀਂ ਛੱਡ ਜਾਓ ਆ ਕੇ ਇਹਨਾਂ ਨੂੰ, ਵੀ ਇੱਕ ਵਾਰੀ 2 ਦਿਨ ਛੱਡ ਜਾਓ ਫਿਰ ਠੰਡੀ ਮਿੱਠੀ ਹੋ ਜੂਗੀ, ਚਲੋ ਤੁਸੀਂ ਲੈ ਜਾ ਜੇ। ਫਿਰ ਉਹ ਤੋਂ 15-20 ਮਿੰਟ ਬਾਅਦ ਦੁਬਾਰੇ ਫੋਨ ਆ ਜਾਂਦਾ ਪ੍ਰਾਹੁਣੇ ਦਾ ਵੀ ਉਹਨੇ ਤਾਂ ਫਾਂਸੀ ਲੈ ਲਈ। ਕਿੰਨੀ ਉਮਰ ਸੀ ਤੁਹਾਡੀ ਸਿਸਟਰ ਦੀ? ਹੋਊਗੀ ਜੀ 25 ਸਾਲ ਦੀ। ਕਰੀਬ ਕਿੰਨੇ ਚਿਰ ਹੋ ਗਿਆ ਸੀ ਵਿਆਹ ਨੂੰ? 6 ਸਾਲ ਹੋ ਗਏ। ਆਪਣੇ ਪ੍ਰਾਹੁਣੇ ਦੀ ਮਾਂ ਸੀ, ਇੱਕ ਆਪਣਾ ਪ੍ਰਾਹੁਣਾ। ਨਿਸ਼ਾਨ ਪਹਿਲਾਂ ਦਾ ਹੈਗਾ, ਹੱਥ 'ਤੇ ਨਿਸ਼ਾਨ ਆ, ਹੁਣ ਦਾ ਤਾਂ ਇਹਨਾਂ ਨੂੰ ਪਤਾ ਜੀ। ਲਾਈਫ ਫਾਂਸੀ ਆ ਉਹਨਾਂ ਨੇ? ਹਾਂਜੀ ਲਾਈਫ ਫਾਂਸੀ। ਕੋਈ ਦੁਖੀ ਸੀ ਘਰੋਂ? ਦੁਖੀ ਤਾਂ ਹੁਣ ਉਹਨਾਂ ਨੂੰ ਕੁੱਟਦੇ ਸੀ, ਉਹਨਾਂ ਉਹ ਵੀ ਭਰਾ ਜੀ ਪਰੇਸ਼ਾਨ ਕਰਦੇ ਸੀ ਅਤੇ ਕਾਫੀ ਚਿਰ ਤੋਂ ਪਰੇਸ਼ਾਨ ਕਰਦੇ ਸੀ। ਉਹ ਫੋਨ ਵੀ ਕੀਤਾ ਸੀ ਚਾਚੇ ਕੋਲ, ਚਾਚਾ ਤੂੰ ਕਹਿੰਦਾ ਮੈਂ ਅੱਧੇ ਘੰਟੇ 'ਚ ਤੈਨੂੰ ਲੈ ਜਾਂਦਾ, ਕੋਈ ਗੱਲ ਨਹੀਂ। ਅਤੇ ਇੰਨੇ ਨੂੰ ਤਾਂ ਉਹਨੂੰ ਸਾਰਾ ਉਹ ਦੁਬਾਰੇ ਫੋਨ ਕਰਕੇ ਦੱਸਦਾ, ਕਹਿੰਦੇ ਮਾਰਤੀ। ਸੂਚਨਾ ਕਿਵੇਂ ਮਿਲੀ ਵੀ ਫਾਇਲ ਆਇਆ ਤੁਹਾਡੀ ਸਿਸਟਰ ਨੇ, ਕਿਸ ਤਰ੍ਹਾਂ ਸੂਚਨਾ? ਉਹ ਸੂਚਨਾ ਮੇਰੇ ਪਿਤਾ ਜੀ ਚਾਚੇ ਕੋਲ ਫੋਨ ਆਇਆ ਉਹ ਕੁੜੀ ਦਾ। ਕੁੜੀ ਕਹਿੰਦੇ ਵੀ ਮੈਨੂੰ ਕੁੱਟਦੇ ਮਾਰਦੇ ਆ, ਮੈਨੂੰ ਲੈ ਜਾਓ। ਅੱਛਾ, ਠੀਕ ਹੈ। ਅਤੇ ਚਾਚਾ ਕਹਿੰਦਾ ਵੀ ਉਹ ਪ੍ਰਾਹੁਣੇ ਨੂੰ ਕਹਿ ਦਿਓ ਛੱਡ ਜੂਗਾ, ਵੀ ਮੈਨੂੰ ਤਾਂ ਕੋਈ ਸਾਧਨ ਚਲਾਉਣਾ ਆਉਂਦਾ ਨੀਗਾ। ਪ੍ਰਾਹੁਣੇ ਨੇ ਫੋਨ ਕੱਟਤਾ, ਫੋਨ ਕੱਟ ਕੇ ਅਤੇ ਫਿਰ ਚਾਚੇ ਨੇ ਦੁਬਾਰੇ ਫੋਨ ਲਾਇਆ ਵੀ ਚੱਲ ਮੈਂ ਉਹਨਾਂ ਕੋਈ ਗੱਡੀ ਲੈ ਕੇ ਕੋਈ ਕਿਰਾਏ 'ਤੇ। ਅਤੇ ਫਿਰ ਉਹਨਾਂ ਦਾ 20-25 ਮਿੰਟਾਂ ਬਾਅਦ ਫੋਨ ਆ ਗਿਆ ਦੁਬਾਰੇ, ਕਹਿੰਦਾ ਇਹਨੇ ਫਾਇਆ ਲੈ ਲਿਆ। ਕਹਿੰਦੇ ਪ੍ਰਾਹੁਣੇ ਨੇ ਫੋਨ ਕੀਤਾ ਚਾਚੇ ਕੋਲ। ਕਿੱਥੇ ਸੀ? ਸਰਦਾਰਪੁਰੇ ਜੀ। ਅਤੇ ਮਾਇਕਾ ਕਿੱਧਰ ਸੀਗਾ ਇਹਨਾਂ ਦਾ? ਰਾਏਪੁਰਾ ਜੀ। ਕੁੱਟਮਾਰ ਕਰਨ ਕਾਰਨ ਕੀ ਸੀ? ਕੁੱਟਮਾਰ ਕਰਨ ਦਾ ਜੀ ਕੋਈ ਉਹਦੇ ਪੈਲੀ ਪੁਲੀ ਕਰਵਾਈ ਸੀ ਨਾ ਜੀ ਉਹਦੇ, ਕਹਿੰਦੇ ਉਹ ਪੈਲੀ ਪੁੱਠੀ ਕਰਵਾ ਅਤੇ ਉਹ ਕਹਿੰਦੀ ਵੀ ਮੇਰੇ ਪੈਲੀ ਪਈ ਆ ਉਹ ਭੱਜਦੀ ਆ ਕਿਧਰੇ, ਅਤੇ ਕਰੈਕਟਰ 'ਤੇ ਜਸਕ ਕਰਦੇ ਸੀ ਜੀ। ਜ਼ਮੀਨ ਤੁਹਾਡੀ ਸਿਸਟਰ ਦੇ ਨਾਮ ਕਰਾਈ ਸੀ ਤੁਸੀਂ? ਹਾਂ ਉਹਨਾਂ ਨੇ ਕਰਾਈ ਸੀ, ਉਹਨਾਂ ਦੀ ਸੀ। ਹਾਂਜੀ, ਉਹ ਕਹਿੰਦੇ ਵਾਪਸ ਪੁੱਠੇ ਮਾਰੋ। ਕਿਹਨੇ ਕਰਾਈ ਸੀ ਜ਼ਮੀਨ? ਉਹਨਾਂ ਨੇ ਮਾਂ ਪਿਓ ਮਾਂ ਪੁੱਤ ਨੇ ਦੋਨਾਂ ਨੇ ਜੀ। ਜੀ ਸਾਨੂੰ ਇਨਸਾਫ ਚਾਹੀਦਾ ਹੈ ਜੀ। ਕੁੜੀ ਨੂੰ ਮਾਰ ਕੇ ਡਰਾਮਾ ਰਚਿਆ ਗਿਆ ਜੀ ਅਤੇ ਫਾਇਆ ਲਾਇਆ ਨੇ ਉਹਨਾਂ ਨੇ ਜੀ ਮਾਰ ਕੇ ਲਾਇਆ ਜੀ ਫਾਇਆ ਜੀ। ਸਾਨੂੰ ਇਨਸਾਫ ਚਾਹੀਦਾ ਜੀ।
ਪੁਲਿਸ ਕੋਈ ਸੁਣਵਾਈ ਕਰ ਰਹੀ ਹੈ ਤੁਹਾਡੀ ਕਿ ਪੁਲਿਸ ਅਜੇ ਤੱਕ ਤਾਂ ਉਹਨਾਂ ਕੋਲ ਗਏ ਜੀ ਪਰਚਾ ਪੁਰਚਾ ਕੱਟਿਆ ਜੀ ਉਹਨਾਂ ਨੇ ਅਤੇ ਸੁਣਵਾਈ ਹਜੇ ਤੱਕ ਤਾਂ ਕਰੀ ਜਾਂਦੀ ਹੈ ਜੀ ਮਾਰਿਆ ਕਹਿੰਦੇ ਜੀ ਉਹ ਪ੍ਰਾਹੁਣੇ ਨੇ ਅਤੇ ਉਹਦੀ ਮਾਂ ਨੇ ਜੀ ਪ੍ਰਦੀਪ ਨੇ ਅਤੇ ਪ੍ਰਦੀਪ ਦੀ ਮਾਂ ਨੇ ਜੀ ਮਾਂ ਦਾ ਨਾਂ ਮੈਨੂੰ ਕੋਈ ਨਹੀਂ ਯਾਦ ਨੀਤੂ ਆ ਵਾਈਫ ਆਫ ਪ੍ਰਦੀਪ ਕੁਮਾਰ ਜਿਹੜੀ ਬਹਾਦਰ ਖੇੜਾ ਰਹਿਣ ਵਾਲੀ ਹੈ ਜਿਹਨੇ ਕੱਲ੍ਹ ਸੁਸਾਈਡ ਕਰ ਲਿਆ ਕਿ ਜਿਹਨੂੰ ਉਹਦੀ ਸੱਸ ਅਤੇ ਉਹਦਾ ਹਸਬੈਂਡ ਤੰਗ ਕਰਦੇ ਸੀ ਉਸ ਤੋਂ ਨਾ ਬਰਦਾਸ਼ਤ ਕਰਦੇ ਉਹਨੇ ਕੱਲ੍ਹ ਆਪਣਾ ਫਾਹ ਲੈ ਲਿਆ ਅਸੀਂ ਅੱਜ ਦੋਸ਼ੀ ਅਰੈਸਟ ਕਰ ਲਏ ਆ ਅਤੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਸਰ ਕਿਹੜੀ ਧਾਰਨਾ ਜੀ 306 IPS ਦਾ ਪਰਚਾ ਦਿੱਤਾ ਸੀ ਸਰ ਕੋਈ ਜ਼ਮੀਨ ਦਾ ਮਸਲਾ ਸੀ ਕੋਈ ਇਹਨਾਂ ਨਹੀਂ ਜ਼ਮੀਨ ਦਾ ਰੌਲਾ ਨਹੀਂ ਸੀ ਇਹਨੂੰ ਤੰਗ ਪਰੇਸ਼ਾਨ ਕਰਦੇ ਸੀ ਇਹਨੂੰ ਅਤੇ ਉਸ 'ਤੇ ਇਹਨੇ ਸੁਸਾਈਡ ਕਰ ਲਿਆ ਸਰ ਕਹਿੰਦੇ ਕੋਈ ਲੜਕੀ ਦੇ ਨਾਲ ਜ਼ਮੀਨ ਲੱਗੀ ਸੀ ਉਹ ਕੋਈ ਵਾਪਸ ਲੈਣ ਦੇ ਮਾਮਲੇ ਨਹੀਂ ਉਹਦੇ ਬਾਰੇ ਕੋਈ ਯਾਰ ਇਨਵੈਸਟੀਗੇਸ਼ਨ ਕਰ ਰਿਹਾ ਪਰ ਮੇਨ ਤਾਂ ਉਹਨੂੰ ਕੁੱਟਮਾਰ ਕਰਦੇ ਸੀ ਉਹਦੇ ਕਾਰਨ ਇਹਨੇ ਕੀਤਾ ਹੈ